ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਸ ਵੀਡੀਓ ਵਿੱਚ ਜਾਣਨਾ ਗਏ ਹਾਂ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹਾਂ ਬਾਰੇ ਅਸੀਂ ਆਪਣੇ ਇਤਿਹਾਸ ਵਿੱਚ ਸੁਣਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਵਿਆਹ ਹੋਏ ਹਨ ਜੋ ਕਿ ਸਾਡੇ ਇਤਿਹਾਸ ਵਿੱਚ ਬਹੁਤ ਹੀ ਗਲਤ ਮੈਸੇਜ ਪਾਇਆ ਜਾ ਰਿਹਾ ਹੈ ਇਸ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਵਿਆਹ ਨੂੰ ਹੀ ਤਿੰਨ ਵਿਆਹ ਬਣਾ ਦਿੱਤੇ ਹਨ 1677 ਈਸਵੀ ਵਿੱਚ ਆਰਾਮ ਸ਼ਰਮ ਨਾਮ ਦਾ ਇੱਕ ਵਿਅਕਤੀ ਸ਼੍ਰੀ ਅਨੰਦਪੁਰ ਸਾਹਿਬ ਆ ਕੇ ਮਾਤਾ ਗੁਜਰਕੌਰ ਜੀ ਨੂੰ ਮਿਲਦਾ ਹੈ ਅਤੇ ਉਹ ਗੁਰੂ ਗੋਬਿੰਦ ਸਿੰਘ ਜੀ ਨਾਲ ਆਪਣੀ ਬੇਟੀ ਦਾ ਵਿਆਹ ਕਰਾਉਣ ਲਈ ਆਖਦਾ ਹੈ ਮਾਤਾ ਗੁਜਰਕੌਰ ਜੀ ਇਸ ਰਿਸ਼ਤੇ ਲਈ ਹਾਂ ਮੀਂ ਭਰ ਦਿੰਦੇ ਸਨ ਉਸ ਵਕਤ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ 10 ਸਾਲ ਦੀ ਸੀ ਵਿਆਹ ਦੇ ਤਰੀਕ ਮਿੱਥ ਲਈ ਜਾਂਦੀ ਹੈ ਜਿਨ੍ਹਾਂ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਹੋਣਾ ਸੀ ਉਹਨਾਂ ਦਾ ਨਾਮ ਮਾਤਾ ਅਜੀਤਕੌਰ ਜੀ ਸੀ ਅਤੇ ਤੁਹਾਨੂੰ ਅੱਗੇ ਅਸੀਂ ਦੱਸਾਂਗੇ ਕਿ ਇਹਨਾਂ ਦਾ ਨਾਮ ਬਦਲ ਕੇ ਕਿਵੇਂ ਮਾਤਾ ਸੁੰਦਰੀ ਜੀ ਰੱਖਿਆ ਗਿਆ ਵਿਆਹ ਦਾ ਦਿਨ ਮਿੱਥਿਆ ਗਿਆ ਪਰ ਉਸ ਵਕਤ ਲਾਹੌਰ ਦੇ ਵਿੱਚ ਔਰੰਗਜ਼ੇਬ ਦਾ ਦੋਸਤ ਸੀ ਜੋ ਕਿ ਸਿੱਖਾਂ ਦੇ ਉੱਤੇ ਤਸ਼ੱਦਦ ਢੋਂ ਲਈ ਹਰ ਵਕਤ ਕੋਈ ਨਾ ਕੋਈ ਮੌਕਾ ਲੱਭਦਾ ਰਹਿੰਦਾ ਸੀ ਗੁਰਗੋਬਿੰ ਸਿੰਘ ਜੀ ਇਸ ਗੱਲ ਤੋਂ ਜਾਣੂ ਸਨ ਇਸ ਲਈ ਉਹਨਾਂ ਨੇ ਇਸ ਵਿਆਹ ਦਾ ਸਮਾਗਮ ਆਪਣੇ ਅਨੰਦਪੁਰ ਸਾਹਿਬ ਤੋਂ 15-16 ਕਿਲੋਮੀਟਰ ਦੂਰੀ ਤੇ ਹੀ ਇੱਕ ਇੱਕ ਵੱਡਾ ਦਰਬਾਰ ਲਗਾ ਕੇ ਤਿਆਰੀਆਂ ਆਰੰਭ ਕਰ ਦਿੱਤੀਆਂ ਸੀ ਇਸ ਸ਼ਹਿਰ ਦਾ ਨਾਮ ਗੁਰੂਗੱਲ ਹੋ ਰੱਖਿਆ ਗਿਆ ਜਿੱਥੇ ਜਿੱਥੇ ਵੀ ਸਿੱਖ ਵਸਦੇ ਸਨ ਹਰੇਕ ਨੂੰ ਸੁਨੇਹਾ ਭੇਜਿਆ ਗਿਆ ਹਜ਼ਾਰਾਂ ਦੀ ਗਿਣਤੀ ਦੇ ਸੰਗਤਾਂ ਪੁੰਜੜ ਲੱਗ ਪਿਆ ਮਿੱਠੀ ਤਰੀਕ ਦੇ ਗੁਰੂ ਸਾਹਿਬ ਜੀ ਬਰਾਤ ਲੈ ਕੇ ਅਨੰਦਪੁਰ ਸਾਹਿਬ ਤੁਰ ਪਏ ਮਾਤਾ ਜੀਤੋ ਜੀ ਨਾਲ ਵਿਆਹ ਦੇ ਸਾਰੇ ਕਾਰ ਵਿਹਾਰ ਪੂਰੇ ਕੀਤੇ ਗਏ ਉਸ ਸਮੇਂ ਜਦੋਂ ਮਾਤਾ ਗੁਜਰੀ ਜੀ ਨੇ ਮਾਤਾ ਜੀਤੋ ਜੀ ਨੂੰ ਪਹਿਲੀ ਵਾਰ ਵੇਖਿਆ ਤਾਂ ਮਾਤਾ ਜੀਤੋ ਜੀ ਇੰਨੇ ਸੋਹਣੇ ਸਨ ਕਿ ਮਾਤਾ ਗੁਜਰੀ ਜੀ ਨੇ ਮਾਤਾ ਜੀਤੋ ਜਿਹਦਾ ਨਾਮ ਮਾਤਾ ਸੁੰਦਰੀ ਰੱਖ ਦਿੱਤਾ ਜਦੋਂ 7 ਸਾਲ ਬਾਅਦ ਗੁਰੂ ਗੋਬਿੰਦ ਸਿੰਘ ਜੀ ਮੁਕਲਾਵਾ ਲੈਣ ਲਈ ਆਏ ਤਾਂ ਉਦੋਂ ਤੱਕ ਮਾਤਾ ਜੀ ਦਾ ਨਾਮ ਇੰਨਾ ਮਸ਼ਹੂਰ ਹੋ ਗਿਆ ਸੀ ਕਿ ਸਾਰੇ ਉਹਨਾਂ ਦਾ ਪੁਰਾਣਾ ਨਾਮ ਭੁੱਲ ਗਏ ਸੀ ਮੁਕਲਾਵੇ ਦੀ ਤਰੀਕ ਉਹੀ ਸੀ 4 April 1684 ਈਸਵੀ ਜੋ ਕਿ ਗੁਰੂ ਜੀ ਦੇ ਦੂਜੇ ਵਿਆਹ ਦੀ ਤਰੀਕ ਮੰਨੀ ਜਾਂਦੀ ਹੈ ਵਿਆਹ ਅਤੇ ਮੁਕਾਬਲਾ ਵੱਖਰੇ ਵੱਖਰੇ ਕਾਰਜ ਹਨ ਮਾਤਾ ਜਿਹਦੇ ਦੋ ਨਾਮ ਵੱਖ-ਵੱਖ ਹੋਣ ਕਰਕੇ ਇਤਿਹਾਸ ਵਿੱਚ ਇਹ ਦੱਸਿਆ ਗਿਆ ਕਿ ਗੁਰੂ ਜਿਹਦੇ ਦੋ ਵਿਆਹ ਕਰਾਏ ਸਨ ਗੁਰੂ ਜੀ ਦੀ ਤੀਸਰੀ ਪਤਨੀ ਦਾ ਨਾਮ ਮਾਤਾ ਸਹਿਬਕੌਰ ਜੀ ਦਾ ਨਾਮ ਸੁਣਨ ਵਿੱਚ ਮਿਲਦਾ ਹੈ ਮਾਤਾ ਸਹਿਬਕੌਰ ਜੀ ਦਾ ਪਹਿਲਾ ਨਾਮ ਮਾਤਾ ਦੇਵਾ ਜੀ ਸੀ ਗੁਰੂ ਘਰ ਲਈ ਇਹਨਾਂ ਦੇ ਦਿਲ ਵਿੱਚ ਬਹੁਤ ਪ੍ਰੇਮ ਅਤੇ ਸ਼ਰਧਾ ਸੀ ਜਦੋਂ ਮਾਤਾ ਸਹਿਬ ਜੀ ਦੇ ਵਿਆਹ ਦੀ ਉਮਰ ਹੋਈ ਤਾਂ ਇਹਨਾਂ ਦੇ ਪਿਤਾ ਜੀ ਨੇ ਵਿਆਹ ਲਈ ਗੁਰੂ ਜੀ ਅੱਗੇ ਬੇਨਤੀ ਕੀਤੀ ਉਦੋਂ ਤੱਕ ਗੁਰੂ ਜੀ ਦਾ ਵਿਆਹ ਹੋ ਗਿਆ ਸੀ ਗੁਰੂ ਜੀ ਨੇ ਵਿਆਹ ਲਈ ਸਤਕਾਰ ਸਹਿਤ ਮਨਾ ਕਰ ਦਿੱਤਾ ਸੰਗਤ ਦੇ ਬੜਾ ਸਮਝਾਉਣ ਤੇ ਵੀ ਮਾਤਾ ਸਾਹਿਬ ਕੌਰ ਜੀ ਨਹੀਂ ਮੰਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ ਅਨੰਦਪੁਰ ਸਾਹਿਬ ਬੁਲਾਇਆ ਅਤੇ ਇੱਥੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਪਰ ਵਿਆਹ ਨਹੀਂ ਕਰਾਇਆ ਸੀ ਅਤੇ ਨਾ ਹੀ ਕੋਈ ਸਰੀਰਕ ਸੰਬੰਧ ਕੀਤਾ ਸੀ ਹਰ ਔਰਤ ਦੇ ਇੱਛਾ ਹੁੰਦੀ ਹੈ ਕਿ ਉਹ ਮਾਂ ਬਣੇ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਜੀ ਨੂੰ ਖਾਲਸੇ ਦੇ ਮਾਂ ਬਖਸ਼ ਦਿੱਤਾ ਸੀ ਸਨ 1699 ਈਸਵੀ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਜਾਇਆ ਸੀ ਉਦੋਂ ਮਾਤਾ ਜੀ ਨੂੰ ਪਾਣੀ ਲਿਓਣ ਅਤੇ ਪਤਾਸੇ ਪਾਉਣ ਲਈ ਪੂਰੇ ਕਾਰਜ ਦੌਰਾਨ ਆਪਣੇ ਨਾਲ ਰੱਖਿਆ ਜਿਵੇਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਖਾਲਸੇ ਪੰਥ ਦਾ ਅਧਿਆਤਮਿਕ ਪਿਤਾ ਮੰਨਦੇ ਹਾਂ ਇਵੇਂ ਹੀ ਮਾਤਾ ਸਾਹਿਬਕੋ ਜਿਨੂੰ ਅਧਿਆਤਮਿਕ ਮਾਤਾ ਮੰਨਦੇ ਹਾਂ ਜੇਕਰ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲੱਗੀ ਆ ਤਾਂ ਪਲੀਜ਼ ਵੀਡੀਓ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ